ਤੇ ਟਰਕਿੰਗ ਦੀਆਂ ਖਬਰਾਂ ਵੱਲ ਨੂੰ ਆਈਏ ਹਰਜੋਤ ਸਿੰਘ ਜੀ, ਰਮਨ ਸਿੰਘ ਜੀ, ਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਜਿਹੜੀ ਕਰਦੇ ਹਾਂ ਗੱਲਬਾਤ ਤੋਂ ਮਾਰਕੀਟ ਦੇ ਜਿਹੜੇ ਹਾਲਾਤਾਂ ਨੂੰ ਲੈ ਕੇ। ਰਮਨ ਜੀ, ਕੀ ਜਿਹੜੀ ਇਸ ਟਾਈਮ ਸਥਿਤੀ ਆ, ਵਿੰਟਰ ਜਿਹੜੀ ਆ, ਸਿਆਲਾਂ ਦਾ ਜਿਹੜੀ ਰੁੱਤ ਆ ਰਹੀ ਆ, ਉੱਦਾਂ ਵੈਸੇ ਹੀ ਸਲੋ ਡਾਊਨ ਜਿਹੜਾ ਇਸ ਦੇ ਵਿੱਚ ਹੁੰਦਾ ਆ, ਪਰ ਨਾਲ ਦੇ ਨਾਲ ਕ੍ਰਿਸਮਸ ਤੱਕ ਥੋੜ੍ਹਾ ਬਾਹਰੋਂ ਜਿਹੜਾ ਸਮਾਨ ਆ ਉਹ ਪੋਰਟਸ ਦੇ ਉੱਤੇ ਜਿਹੜਾ ਆਉਣਾ ਵੱਧਦਾ ਆ, ਸੋ ਕੀ ਓਵਰਆਲ ਸਥਿਤੀ ਜਿਹੜੀ ਇਸ ਟਾਈਮ ਚੱਲ ਰਹੀ ਆ? ਰਾਜਕਰਨ, ਓਵਰਆਲ ਜਿਹੜੀ ਸਿਚੁਏਸ਼ਨ ਹੈਗੀ ਆ ਇਸ ਵੇਲੇ ਇੰਡਸਟਰੀ ਦੀ, ਸੇਮ ਆਲ ਨਾਜ਼ੁਕ ਬਣੀ ਹੋਈ ਆ, ਕਿਉਂਕਿ ਕਾਫੀ ਜਿਹੜੀਆਂ ਕੰਪਨੀਜ਼ ਹੈਗੀਆਂ ਜਿਹੜੀਆਂ ਇਸ ਵੇਲੇ ਸਿਚੁਏਸ਼ਨ ਦੇ ਵਿੱਚ ਹੈਗੀਆਂ, ਕਿਉਂਕਿ ਆਹ ਜਿਹੜਾ ਸਮਾਂ ਹੈਗਾ ਅਗਲੇ 3 ਮਹੀਨੇ ਦਾ, ਕਹਿ ਲਓ ਦਸੰਬਰ, ਹਾਫ ਦਸੰਬਰ ਤੋਂ ਲੈ ਕੇ ਜਨਵਰੀ ਫਰਵਰੀ ਦਾ ਜਿਹੜਾ ਮਹੀਨਾ ਹੈਗਾ, ਹੁਣ ਉਹ ਮਹੀਨਾ ਨੈਚੁਰਲੀ ਸਲੋ ਹੁੰਦਾ ਹੈਗਾ, ਤੇ ਇਹਦੇ ਨਾਲ ਨਾਲ ਕਈ ਹੋਰ ਸਿਚੁਏਸ਼ਨਾਂ ਜਿਹੜੀਆਂ ਆ ਉਹ ਪਲੇਸ ਲੈ ਰਹੀਆਂ ਹੈਗੀਆਂ, ਬਣ ਰਹੀਆਂ ਹੈਗੀਆਂ ਇਸ ਵੇਲੇ। ਜਿਹੜੀ ਇੱਕ ਹੋਰ ਬਹੁਤ ਵੱਡੀ ਜਿਹੜੀ ਸਿਚੁਏਸ਼ਨ ਆ ਉਹ ਬਣ ਰਹੀ ਹੈਗੀ ਕਿ ਜਿਹੜੀ ਕੈਲੀਫੋਰਨੀਆ ਰਿਸੋਰਸ ਬੋਰਡ ਵੱਲੋਂ ਜਿਹੜਾ ਇੱਕ ਕਾਇੰਡ ਆਫ ਧੱਕਾ ਹੀ ਜਿਹੜਾ ਕਹਿ ਲਓ ਹੋ ਰਿਹਾ ਹੈਗਾ, ਕਿ ਕੈਲੀਫੋਰਨੀਆ ਰਿਸੋਰਸ ਬੋਰਡ ਜਿਹੜਾ ਆ ਉਹ DMV ਦੇ ਨਾਲ ਕੋਆਰਡੀਨੇਟ ਕਰਕੇ ਨਹੀਂ ਚੱਲ ਰਿਹਾ ਹੈਗਾ। ਸੋ ਉੱਥੇ ਜਿਹੜੇ ਬਹੁਤ ਉਹਨਾਂ ਦੀਆਂ ਡੈਡਲਾਈਨਸ ਆ ਰਹੀਆਂ ਹੈਗੀਆਂ, ਜਿਹਦੇ ਵਿੱਚ ਬੜੀ ਕੇਆਸ ਹੈਗੀ ਆ ਇੰਡਸਟਰੀ ਦੇ ਵਿੱਚ, ਤੇ ਇਹ ਜਿਹੜੀ ਕੇਆਸ ਹੈਗੀ ਆ ਇਹ ਐਕਚੁਲੀ ਮਤਲਬ ਕਿ ਬਹੁਤ ਬੈਡ ਇਫੈਕਟ ਪਾ ਰਹੀ ਹੈਗੀ ਆ ਇਕਾਨਮੀ ਤੇ, ਉਹ ਖਾਸ ਕਰਕੇ ਕੈਲੀਫੋਰਨੀਆ ਤੇ। ਸੋ ਓਵਰਆਲ ਜਿਹੜੀ ਸਿਚੁਏਸ਼ਨ ਹੈਗੀ ਆ, ਲੋਡਸ ਹੈਗੇ ਆ, ਲੋਡਸ ਚੱਲ ਰਹੇ ਹੈਗੇ ਆ, ਰੇਟਸ ਡਾਊਨ ਹੈਗੇ ਆ, ਨੋਰਮਲ ਨਾਲੋਂ ਥੋੜ੍ਹੇ ਡਾਊਨ ਹੈਗੇ ਆ। ਸੋ ਇਸ ਕਰਕੇ ਸਿਚੁਏਸ਼ਨ ਜਿਹੜੀ ਆ ਕੋਈ ਖਾਸ ਇੰਨੀ ਵਧੀਆ ਨਹੀਂ ਹੈਗੀ। ਮੈਂ ਅੱਜ ਇੱਕ ਐਨਲਿਸਟ ਦੀ ਸੁਣ ਰਿਹਾ ਸੀਗਾ ਆਪਣੀ ਗੱਲਬਾਤ, ਤੇ ਉਹਨਾਂ ਦੀ ਗੱਲ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਸਿਚੁਏਸ਼ਨ ਹੈਗੀ ਆ ਬਹੁਤ ਹੀ ਡਾਇਰ ਬਣੀ ਹੋਈ ਆ ਇਸ ਵੇਲੇ, ਇਟਸ ਨਾਟ ਕਿ ਗੁੱਡ ਸਿਚੁਏਸ਼ਨ ਨਹੀਂ ਹੈਗੀ, ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਅਜੇ ਹਾਲ ਦੀ ਘੜੀ 2 ਕੁਆਟਰ ਜਿਹੜੇ ਹੈਗੇ ਆ, ਆਹ ਲਾਸਟ ਕੁਆਟਰ ਤੇ ਨੈਕਸਟ ਈਅਰ ਦਾ ਪਹਿਲਾ ਕੁਆਟਰ ਜਿਹੜਾ ਹੈਗਾ, ਉਹ ਸਥਿਤੀ ਜਿਹੜੀ ਆ ਉਹ ਇਸੇ ਹੀ ਸਿਚੁਏਸ਼ਨ ਚ ਰਹਿਣ ਵਾਲੀ ਆ। ਆਪਾਂ ਜਿੱਦਾਂ ਪਹਿਲਾਂ ਵੀ ਗੱਲ ਕਰਦੇ ਆ ਰਹੇ ਸੀਗੇ ਕਿ ਅਪ੍ਰੈਲ ਦੇ ਵਿੱਚ ਯੂਜ਼ਲੀ ਪਤਾ ਲੱਗੂਗਾ ਜਾ ਕੇ ਕਿ ਆਪਾਂ ਕਿਹੜੀ ਪੁਆਇੰਟ ਤੇ ਖੜੇ ਹੈਗੇ ਆ, ਔਰ ਉਹਦੇ ਨਾਲ ਨਾਲ ਅਪ੍ਰੈਲ ਦੇ ਵਿੱਚ ਉਸ ਸਿਚੁਏਸ਼ਨ ਨੂੰ ਦੇਖਦੇ ਹੋਏ ਕਿ ਆਪਣੀ ਅੱਜ ਸਿਚੁਏਸ਼ਨ ਕੀ ਆ, ਔਰ ਅੱਜ ਮੌਸਮ ਕਿਵੇਂ ਬਿਹੇਵ ਕਰਦਾ ਇਸ ਸਾਲ, ਸੋ ਉਹਦੇ ਤੇ ਵੀ ਬਹੁਤ ਜ਼ਿਆਦਾ ਡਿਪੈਂਡ ਕਰਦਾ। ਜੀ ਬਿਲਕੁਲ, ਜੀ ਬਿਲਕੁਲ, ਜਿਹੜੀ ਟਰੱਕਿੰਗ ਦੀ ਨਿਊਜ਼ ਆ ਉਹ ਇਸ ਟਾਈਮ ਕੋਈ ਵੀ ਬਹੁਤ ਜਿੱਦਾਂ ਬੈਡ ਆ। ਚੀਫ ਇਕੋਨੋਮਿਸਟ ਪੌਲ ਕਸਟੈਲੋ ਜੋ ਹੈਗੇ ਅਮੈਰੀਕਨ ਟਰੱਕਿੰਗ ਐਸੋਸੀਏਸ਼ਨ ਦੇ, ਉਹਨਾਂ ਨੇ ਕਿਹਾ ਵੀ ਜੋ ਸਮਾਲ ਓਪਰੇਟਰਸ ਹੈਗੇ ਆ ਜਿੱਦਾਂ 1-2-5 ਟਰੱਕਾਂ ਵਾਲੇ, ਉਹ ਬਹੁਤ ਬੁਰੀ ਤਰ੍ਹਾਂ ਸਟਰਗਲ ਕਰ ਰਹੇ ਹੈਗੇ ਆ। ਜੇ ਕਹਿੰਦੇ ਕੁਛ ਮਹੀਨੇ ਸਰਵਾਈਵ ਕਰ ਗਏ ਤਾਂ ਉਹ ਸਰਵਾਈਵ ਕਰ ਸਕਦੇ ਹੈਗੇ ਆ। ਮਾਰਕੀਟ ਦੀ ਕੰਡੀਸ਼ਨ ਟਰੱਕਿੰਗ ਕੰਪਨੀ ਦੀ ਨੈਗੇਟਿਵ ਜਾ ਰਹੀ ਆ ਪਹਿਲੇ ਕੁਆਟਰ ਨੈਕਸਟ ਈਅਰ ਦੇ ਵਿੱਚ ਵੀ, ਇਹ ਵੀ ਉਹਨਾਂ ਨੇ ਜਿਹੜਾ ਫੋਰਕਾਸਟ ਕੀਤਾ ਹੈਗਾ। ਸੋ 2024 ਦੇ ਕਹਿੰਦੇ ਵੀ ਹੁਣ ਮੇ ਬੀ ਮਿਡ ਜਾਂ ਉਹਦੇ ਜਿਹੜਾ ਲਾਸਟ ਕੁਆਟਰ ਆ ਉਹਦੇ ਵਿੱਚ ਜਾ ਕੇ ਠੀਕ ਹੋਊਗੀ। ਸੋ ਗਾਂਹ ਦੇ ਗਾਂਹ ਇਹ ਸਮਾਂ ਵੱਧਦਾ ਜਾ ਰਿਹਾ। ਆਪਾਂ ਦੇਖਿਆ ਵੀ ਰੀਸੈਂਟਲੀ ਯੈਲੋ ਫਰੇਟ ਜਿਹੜੀ 3rd largest ਓਪਰੇਟਰ ਸੀ US ਦੀ, ਉਹ ਕਲੈਪਸ ਹੋ ਗਈ। ਹੁਣ ਕੋਨਵੇ ਦਾ ਵੀ ਦੇਖਿਆ, FTR ਟਰੱਕਿੰਗ ਦਾ ਜੋ ਇੰਡੈਕਸ ਆ ਉਹ ਕਹਿੰਦੇ ਵੀ ਸਲੰਪ ਨੈਗੇਟਿਵ ਜੁਲਾਈ ਦੇ ਵਿੱਚ -5.34 ਸੀ, ਜੋ ਉਹ ਅਗਸਤ ਦੇ ਵਿੱਚ -12.54 ਤੇ ਚਲਾ ਗਿਆ ਹੈਗਾ ਹੈ।